ਤੇ ਫਿਰ ਰੁਕੀ 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 ਉਹ ਦੇਖਿਓ ਅਮਨ ਭਾਬੀ ਹੈਗੀ ਯਾਰ, ਮੈਨੂੰ ਲੱਗਦਾ ਉਹਨੇ ਕਿਸੇ ਨਾਲ ਹੋਰ ਵਿਆਹ ਕਰਾ ਲਿਆ, ਉਹਨੇ ਨਵਾਂ ਚੂੜਾ ਪਾਈ ਫਿਰਦੀ ਹੈ। ਓਹੋ ਅਮਨ ਯਾਰ, ਮੇਰਾ ਪਰਸ ਲੱਗਦਾ ਗੱਡੀ 'ਚ ਰਹਿ ਗਿਆ, ਤੁਸੀਂ ਇੱਦਾਂ ਕਰੋ ਇੱਥੇ ਖਲੋਵੋ, ਮੈਂ ਪਰਸ ਚੱਕ ਕੇ ਲਿਆ। ਇਹ ਵੀ ਬਾਈ ਕਰ ਗਈ ਉਹੀ ਜਿਹਦਾ ਡਰ ਸੀ, ਇਹ ਕੁੜੀਆਂ ਹੁੰਦੀ ਧੋਖੇਬਾਜ਼ ਨੇ। ਜਾ ਜਾ ਮਿਲਿਆ ਉਹਦੇ ਘਰ ਵਾਲਾ ਤਾਂ ਵੱਗ ਗਿਆ, ਜਾ ਜਾ ਆ। ਭਾਜੀ ਸੂਟ ਦਿਖਾਇਓ ਜ਼ਰਾ, ਉਹ ਜਿਹੜੇ ਥੱਲੇ ਨੀਲੇ ਰੰਗ ਦਾ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੁਬਾਰਕਾਂ ਵਿਆਹ ਦੀਆਂ। ਬਾਤ ਤੇਰੇ ਮਿਲ ਗਿਆ ਫਿਰ ਕੋਈ ਕੋਠੀਆਂ ਕਰਨ ਵਾਲਾ ਵੀਰ ਘਰ ਦਾ ਮੁੰਡਾ, ਉਹ ਕਿਸੇ ਨੇ ਸੱਚ ਕਿਹਾ ਤੇਰੇ ਵਰਗਿਆਂ ਨੂੰ ਨਾ ਸੱਚਾ ਪਿਆਰ ਰਾਤ ਨਹੀਂ ਆਉਂਦਾ, ਤੁਸੀਂ ਸਿਰਫ ਪੈਸਿਆਂ ਦੇ ਭੁੱਖੇ ਹੋ। ਛੱਡ ਗਈ ਨਾ ਮੈਨੂੰ ਅੱਧ ਵਿਚਕਾਰ, ਇੱਕ ਵਾਰ ਤਾਂ ਕਹਿ ਦਿੰਦੇ ਵੀ ਮੈਂ ਤੇਰੇ ਪਸੰਦ ਨਹੀਂ ਹੈਗਾ। ਬਸ ਕਰ ਦੀਪੇ, ਤੂੰ ਬਹੁਤ ਬੋਲ ਲਿਆ, ਤੈਨੂੰ ਪਤਾ ਵੀ ਹੈ ਮੇਰੀ ਕੀ ਮਜਬੂਰੀ ਸੀ। ਉਹ ਯਾਰ ਕੀ ਮਜਬੂਰੀ ਸੀ, ਬੇਵਕੂਫ ਸਮਝਿਆ ਮੈਨੂੰ। ਕਾਲਜ ਟਾਈਮ ਤੱਕ ਤਾਂ ਤੂੰ ਠੀਕ ਸੀ, ਆ ਪੇਪਰ ਖਤਮ ਹੋਣ ਸਾਰ ਫੋਨ ਵੀ ਬੰਦ ਕਰ ਲਿਆ, ਬੜੀ ਚਲਾਕ ਨੇ। ਦੀਪੇ ਮੈਂ ਤੈਨੂੰ ਸੱਚੇ ਦਿਲੋਂ ਪਿਆਰ ਕੀਤਾ ਸੀ, ਪਰ ਕੀ ਉਹ ਯਾਰ ਕੀ ਕਮੀ ਸੀ ਮੇਰੇ 'ਚ, ਮੈਂ ਆਪਣਾ ਕੰਮ ਕਰਨਾ ਚਾਹੁੰਦਾ ਸੀ। ਸੁੱਖ ਗੱਲ ਆ ਦੁਕਾਨ ਦਾ ਦਿਮਾਗ ਤਾਂ ਮੈਂ ਹੀ ਹਾਂ, ਸਿਰਫ ਜ਼ਿੰਦਗੀ 'ਚ ਕਮੀ ਤੇਰੀ ਹੋ। ਦੀਪੇ ਗੱਲ ਉਹ ਨਹੀਂ ਆ, ਗੱਲ ਤਾਂ ਇਹ ਹੈ ਕਿ ਜਿਸ ਦਿਨ ਅਸੀਂ ਲਾਸਟ ਪੇਪਰ ਵਾਲੇ ਦਿਨ ਮਿਲੇ ਸੀ ਉਸ ਤੋਂ ਬਾਅਦ। ਚੰਗਾ ਮੰਮੀ ਮੈਂ ਕਾਲਜ ਚੱਲਦੀ ਹਾਂ, ਲੇਟ ਹੋ ਗਈ। ਪੁੱਤ ਰੋਟੀ ਬੜੀ ਪਈ ਆ, ਰੋਟੀ ਖਾ ਕੇ ਜਾਈ। ਨਹੀਂ ਨਹੀਂ ਮੰਮੀ, ਰੋਟੀ ਖਾਣ ਦਾ ਬਿਲਕੁਲ ਟਾਈਮ ਨਹੀਂ, ਅੱਜ ਸੱਚੀ ਬਹੁਤ ਜ਼ਿਆਦਾ ਲੇਟ ਹੋ ਗਈ ਆ। ਤੁਸੀਂ ਟੈਨਸ਼ਨ ਨਾ ਲਓ, ਮੈਂ ਬਾਹਰੋਂ ਕੁਝ ਖਾ ਲੂੰਗੀ। ਤੂੰ ਕਾਮਣੇ ਰੋਜ਼ ਹੀ ਲੇਟ ਹੋ ਜਾਂਦੀ ਆ ਪੁੱਤ, ਇਹ ਵੀ ਕੁੜੀ ਕਾਮਲੀ ਆ ਸੱਚੀ, ਰੋਜ਼ ਇਹ ਭੁੱਖੇ ਢਿੱਡ ਚਲੀ ਜਾਂਦੀ ਆ, ਹੁਣ ਭੁੱਖਾ ਰਹੂਗੀ ਸਾਰਾ ਦਿਨ। ਤੈਨੂੰ ਪਤਾ ਹੁਣ ਮੈਂ ਤੈਨੂੰ ਕਿੰਨਾ ਪਿਆਰ ਕਰਦਾ, ਸੱਚੀ ਯਾਰ ਤੇਰੇ ਬਿਨਾਂ ਤਾਂ ਮਰ ਜੂੰਗਾ। ਦੀਪੇ ਮੈਂ ਵੀ ਤੈਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹਾਂ, ਤੈਨੂੰ ਪਤਾ ਤੇਰੇ ਇਲਾਵਾ ਮੈਂ ਕਿਸੇ ਹੋਰ ਨੂੰ ਵੇਖਦੀ ਤੱਕ ਨਹੀਂ। ਚੱਲ ਫਿਰ ਇੱਕ ਅੱਜ ਵਾਅਦਾ ਕਰ। ਕਿਹੜਾ ਵਾਅਦਾ? ਕਿ ਜੀਣਾ ਮਰਨਾ ਮੇਰੇ ਨਾਲ ਆ, ਮੇਤੋਂ ਸਿਵਾ ਕਿਸੇ ਬਾਰੇ ਸੋਚੇਂਗੇ ਵੀ ਨਹੀਂ। ਦੀਪੇ ਮੈਂ ਹਮੇਸ਼ਾ ਤੇਰੇ ਨਾਲ ਹੀ ਰਹੂੰਗੀ, ਤੇਰੇ ਉੱਤੇ ਤਾਂ ਮੈਂ ਰੱਬ ਤੋਂ ਵੀ ਜ਼ਿਆਦਾ ਵਿਸ਼ਵਾਸ ਕਰਦੀ ਹਾਂ, ਤੇਰੇ ਇਲਾਵਾ ਕਿਸੇ ਹੋਰ ਨਾਲ ਰਹਿਣ ਬਾਰੇ ਤਾਂ ਮੈਂ ਸੋਚ ਵੀ ਨਹੀਂ ਸਕਦੀ, ਤੂੰ ਹੀ ਮੇਰੀ ਪਹਿਲੀ ਅਤੇ ਆਖਰੀ ਮੁਹੱਬਤ ਆ। ਅੱਛਾ ਜੀ ਫਿਰ ਮੁੱਕਰੀ ਨਾ, ਬਾਕੀ ਮੈਂ ਜਾਣਾ ਮੇਰਾ ਕੰਮ ਜਾਣੇ। ਪਰ ਦੀਪੇ ਇੱਕ ਗੱਲ ਦਾ ਖਿਆਲ ਰੱਖੀ, ਮੈਨੂੰ ਅਪਣਾਉਣ ਲਈ ਕੋਈ ਗਲਤ ਰਸਤਾ ਨਾ ਅਪਣਾਈ ਕਦੀ। ਉਹ ਨਹੀਂ ਯਾਰ ਪਾਗਲ ਥੋੜ੍ਹੀ ਆ, ਜਿਵੇਂ ਤੂੰ ਕਹੇਂਗੀ ਓਕਣ ਕਰੂੰਗਾ। ਚੱਲ ਠੀਕ ਹੈ ਮੈਂ ਚੱਲਦੀ ਹਾਂ, ਮੇਰੀ ਬੱਸ ਦਾ ਟਾਈਮ ਹੋ ਰਿਹਾ, ਘਰੇ ਮੰਮੀ ਵੀ ਵੇਟ ਕਰਦੇ ਹੋਣੇ ਵੀ ਕੁੜੀ ਹਜੇ ਤੱਕ ਨਹੀਂ ਆਈ। ਉਹ ਤੈਨੂੰ ਮੈਂ ਹੀ ਛੱਡ ਆਉਣਾ ਅੱਜ ਮੋਟਰਾਂ 'ਤੇ। ਅੱਛਾ ਮੋਟਰਸਾਈਕਲ 'ਤੇ ਛੱਡਣ ਦੇ ਬਹਾਨੇ ਨਾ ਛਾਪ ਨਾ ਪਵਾ ਲਈ। ਐਂ ਕਿਵੇਂ ਪਾ ਦੇਣਗੇ ਛਾਪ, ਪੂਰੇ ਚਾਵਾਂ ਨਾਲ ਪਵਾਵਾਂਗੇ। ਬੜਾ ਸੈਂਟੀ ਨਾ ਹੋ, ਜਾਣ ਦੇ ਮੈਨੂੰ। ਚੱਲ ਠੀਕ ਆ ਬਾਬਾ ਜਾ, ਕੱਲ੍ਹ ਟਾਈਮ ਨਾਲ ਆ ਜਾਈ। ਠੀਕ ਹੈ ਕੱਲ੍ਹ ਮਿਲਦੇ ਹਾਂ। ਓਕੇ ਆ ਗਿਆ। ਹਾਂ ਮੰਮੀ ਆ ਗਿਆ। ਮੰਮੀ ਅੱਜ ਤਾਂ ਬਹੁਤ ਠੰਡ ਆ ਬਾਹਰੇ, ਨਾਲੇ ਤੂੰ ਰਜਾਈ 'ਚ ਬਹਿ ਜਾ, ਪੂਰੇ ਠੰਡ 'ਚ ਕੀ ਕਰ ਰਹੀ ਆ? ਪੁੱਤ ਮੈਂ ਤਾਂ ਰਜਾਈ 'ਚ ਬੈਠੀ ਸੀਗੀ, ਠੰਡ ਤਾਂ ਬਹੁਤ ਹੋਈ ਪਈ ਹੈ, ਪਰ ਪੁੱਤ ਅਮਨ ਨਹੀਂ ਆਈ ਹੈਗੀ, ਅੱਗੇ ਤਾਂ ਇੰਨਾ ਕੁ ਵੇਲਾ ਕਦੇ ਨਹੀਂ ਕਰਿਆ ਹੈਗਾ ਉਹਨੇ। ਹਾਂ ਮੰਮੀ ਟਾਈਮ ਤਾਂ ਬਹੁਤ ਹੋ ਗਿਆ, ਅੱਗੇ ਤਾਂ ਟਾਈਮ ਨੂੰ ਆ ਜਾਂਦੀ ਆ ਉਹ। ਹੋਰ ਪਤਾ ਨਹੀਂ ਕੀ ਗੱਲ ਆ। ਚੱਲ ਕੋਈ ਨਹੀਂ ਮੈਂ ਫੋਨ ਕਰਕੇ ਪੁੱਛਦਾ। ਕਰ ਲੈ ਪੁੱਤ ਤੂੰ ਫੋਨ ਕਰਕੇ ਦੇਖ। ਹੋਰ ਲੈ ਉਹ ਆ ਗਈ ਅਮਨ ਵੀ,
ਅਮਨ ਕੀ ਗੱਲ ਪੁੱਤ ਲੇਟ ਕਾਹਤੋਂ ਹੋ ਗਈ ਅੱਜ ਇੰਨੀ? ਉਹ ਮੰਮੀ ਅੱਜ ਬੱਸ ਮਿਸ ਹੋ ਗਈ ਸੀ, ਨਾਲੇ ਮੈਡਮ ਨੇ ਨਾ ਕਲਾਸ 'ਚ ਜ਼ਿਆਦਾ ਟਾਈਮ ਲਵਾ ਦਿੱਤਾ ਅੱਜ। ਲੈ ਭੈਣੇ ਤੂੰ ਮੈਨੂੰ ਫੋਨ ਕਰ ਦਿੰਦੀ, ਮੈਂ ਅੱਜ ਸ਼ਹਿਰੇ ਗਿਆ ਹੋਇਆ ਸੀ ਕੰਮ, ਨਾਲੇ ਤੈਨੂੰ ਲਿਆਉਂਦਾ। ਵੀਰੇ ਮੈਨੂੰ ਪਤਾ ਨਹੀਂ ਸੀ ਵੀ ਤੁਸੀਂ ਅੱਜ ਸ਼ਹਿਰ ਗਏ ਹੋਏ ਹੋ। ਹਾਂ ਹਾਂ ਪੁੱਤ, ਜੇ ਕਦੇ ਅੱਗੇ ਤੋਂ ਕਬੇੜਾ ਹੋ ਜਾਵੇ ਫੋਨ ਕਰ ਦਿਆ ਕਰ, ਮੈਨੂੰ ਤਾਂ ਅੱਗ ਲਾਉਣਾ ਬਹੁਤ ਫਿਕਰ ਹੋ ਗਿਆ, ਨਾ ਮੈਨੂੰ ਟੁੱਟ ਜਾਣਾ ਆ ਫੋਨ ਲਾਉਣਾ ਆਉਂਦਾ, ਮੈਂ ਤਾਂ ਪੁੱਤ ਬਹੁਤ ਫਿਕਰ 'ਚ ਖੜੀ ਸੀ ਇੱਥੇ। ਕੋਈ ਗੱਲ ਨਹੀਂ ਮੰਮੀ, ਤੁਸੀਂ ਟੈਨਸ਼ਨ ਨਾ ਲਓ, ਮੈਂ ਅੱਗੇ ਤੋਂ ਧਿਆਨ ਰੱਖੂੰਗੀ। ਚੱਲ ਚੰਗਾ ਪੁੱਤ, ਅੱਗੇ ਤੋਂ ਫੋਨ ਕਰ ਦਿਆ ਕਰ, ਆ ਜਾਓ, ਠੰਡ ਬਹੁਤ ਹੋਈ ਪਈ ਹੈ, ਮੈਂ ਤੁਹਾਨੂੰ ਚਾਹ ਬਣਾ ਕੇ ਦੇਵਾਂ, ਬਹੁਤ ਠੰਡ ਹੋਈ ਪਈ ਹੈ। ਤੁਸੀਂ ਤਾਂ ਵਾਅਦੇ ਕਰਵਾਈ ਜਾਂਦੇ ਹੋ ਮੇਰੇ ਨਾਲ ਵਿਆਹ ਦੇ, ਜੇ ਤੁਸੀਂ ਮੁੱਕਰ ਗਏ ਫਿਰ ਭਲਾ? ਓਏ ਦੀਪੇ ਜੱਟ ਦੀ ਜਵਾਨ ਆ ਮੇਰੀ ਜਾਨ, ਮਰਦਾ ਮਰਜੂ ਪਰ ਤੈਨੂੰ ਕਦੇ ਲਾਰੇ 'ਚ ਨਹੀਂ ਰੱਖਦਾ, ਉਹ ਦੇਖੀ ਵਿਆਹ ਕੇ ਤਾਂ ਤੈਨੂੰ ਇਹ ਲੈ ਕੇ ਆਊ। ਉਹ ਤਾਂ ਤੁਹਾਡੇ 'ਤੇ ਬਹੁਤ ਯਕੀਨ ਆ, ਮੈਂ ਤਾਂ ਉਹੀ ਛੇੜਦੀ ਸੀ ਤੁਹਾਨੂੰ। ਐਵੇਂ ਨਾ ਛੇੜਿਆ ਕਰ, ਕਿਤੇ ਤੇਰੀ ਛੇੜੇ ਨਾ ਤੈਨੂੰ ਮਹਿੰਗੀ ਪੈ ਜੇ। ਅੱਛਾ ਜੀ, ਧਮਕੀ? ਉਹ ਧਮਕੀ ਨਹੀਂ ਮੇਰੀ ਜਾਨ, ਇਹਨੂੰ ਪਿਆਰ ਕਹਿੰਦੇ ਨੇ। ਉਹ ਚੱਲ ਛੱਡਾ ਗੱਲਾਂ ਨੂੰ, ਤੂੰ ਐਂ ਦੱਸ ਤੈਂ ਕੱਲ੍ਹ ਕਾਲਜ ਆਉਣਾ? ਹਾਂਜੀ ਆਉਣਾ ਹੈ, ਹਿੱਚ ਪੁੱਛਣ ਵਾਲੀ ਕਿਹੜੀ ਗੱਲ ਆ? ਓਏ ਪੁੱਛਣ ਵਾਲੀ ਨਹੀਂ, ਕੱਲ੍ਹ ਕੋਈ ਸਪੈਸ਼ਲ ਦੇਣਾ, ਤੈਨੂੰ ਸਰਪ੍ਰਾਈਜ਼ ਦੇਣਾ। ਸਰਪ੍ਰਾਈਜ਼? ਹੁਣੇ ਦੱਸੋ ਕੀ ਸਰਪ੍ਰਾਈਜ਼ ਆ। ਕੱਲ੍ਹ ਮਿਲ ਕੇ ਦੱਸੂ। ਠੀਕ ਆ। ਅੱਛਾ ਆਪਣਾ ਕੱਲ੍ਹ ਮਿਲਦੇ ਹਾਂ, ਲੱਗਦਾ ਮੰਮੀ ਆ ਰਹੇ ਇੱਧਰ, ਠੀਕ ਹੈ, ਓਕੇ। ਹਾਏ ਕਮਲੀ, ਪੂਰੀ ਗੱਲ ਸੁਣੇ ਬਣੀ ਫੋਨ ਕੱਟ ਦਿੰਦੀ ਆ, ਚੱਲ ਕੱਲ੍ਹ ਨੂੰ ਮਿਲ ਕੇ ਸਰਪ੍ਰਾਈਜ਼ ਦਿੰਦਾ। ਬਾਕੀ ਸਾਰੀਆਂ ਗੱਲਾਂ ਛੱਡੋ, ਪਹਿਲਾਂ ਆ ਦੱਸੋ ਕਿ ਇੰਨੀ ਕਾਹਲੀ 'ਚ ਕਿਉਂ ਬੁਲਾਇਆ ਮੈਨੂੰ? ਉਹ ਗੱਲੇ ਕੁਛ ਇੱਦਾਂ ਦੀ ਆ। ਦੱਸੋਗੇ ਵੀ ਗੱਲ ਕੀ ਹੈ? ਉਹ ਗੱਲ ਕੀ ਆ ਯਾਰ, ਬੇਬੇ ਬਾਪੂ ਨੂੰ ਤੇਰੀ ਫੋਟੋ ਦਿਖਾਈ ਤੀ, ਪਤਾ ਕੀ ਕਹਿੰਦੇ? ਕਹਿੰਦੇ ਕੁੜੀ ਤਾਂ ਬਾਲੀ ਸੋਹਣੀ ਆ, ਦੱਸੋ ਕਦੋਂ ਲੈ ਕੇ ਆਉਣੀ ਆ। ਯਾਰ ਬੇਬੇ ਬਾਪੂ ਮੰਨ ਗਏ। ਸੱਚੀ? ਇਹ ਤਾਂ ਬਾਲੀ ਖੁਸ਼ੀ ਵਾਲੀ ਗੱਲ ਆ। ਸੱਚੀ ਅੱਜ ਆਪਣੇ ਦੋਵਾਂ ਲਈ ਬਹੁਤ ਕਰਮਾਂ ਵਾਲਾ ਦਿਨ ਚੜਿਆ ਹੈ। ਸਹੀ ਗੱਲ ਕਹਿ ਰਹੀ ਆ ਮਨ ਤੂੰ, ਅੱਜ ਦੇ ਦਿਨ ਦਾ ਮੈਨੂੰ ਬਹੁਤ ਬੇਸਬਰੀ ਨਾਲ ਇੰਤਜ਼ਾਰ ਸੀ। ਸ਼ੁਕਰ ਆ ਸਾਰੇ ਮੰਨ ਗਏ। ਸਾਰੇ ਕਿੱਥੇ ਮੰਨੇ ਆ, ਹਜੇ ਮੈਂ ਆਪਣੇ ਘਰਦਿਆਂ ਨਾਲ ਗੱਲ ਕਰਨੀ ਆ। ਉਹ ਯਾਰ ਇਹ 'ਚ ਕੀ ਵੱਡੀ ਗੱਲ ਆ, ਜਦੋਂ ਮੇਰੇ ਘਰਦੇ ਮੰਨ ਗਏ ਤੇਰੇ ਵੀ ਮੰਨ ਜਾਣਗੇ। ਜੇ ਕਹਿੰਦੀ ਆ ਭੇਜਾਂ ਬੇਬੇ ਬਾਪੂ ਨੂੰ, ਸੁੱਖ ਗੱਲ ਕੱਲੀ ਕੱਲੀ ਧੀ ਆ ਉਹ ਵੀ ਲਾਡਾਂ ਨਾਲ ਪਾਲੀ ਹੋਈ। ਠੀਕ ਆ, ਕਰ ਲਾਂਗੀ ਆਪਣੇ ਘਰ ਗੱਲ, ਪਰ ਪੇਪਰਾਂ ਤੋਂ ਬਾਅਦ। ਚੱਲ ਠੀਕ ਆ, ਡਨ। ਆ ਦੱਸ ਕੇ ਖਾਏਂਗੀ ਕੀ? ਜੋ ਤੁਹਾਨੂੰ ਵਧੀਆ ਲੱਗੇ। ਚੱਲ ਠੀਕ ਆ। ਲੈ ਪੁੱਤ ਚਾਹ ਪੀ ਲੈ, ਫੋਨ ਫੇਰ ਚਲਾ ਲਈ। ਹਾਂ ਮੰਮੀ, ਮੈਂ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਆ। ਕਰ ਲੈ ਪੁੱਤ, ਕੀ ਗੱਲ ਕਰਨੀ ਆ? ਆਹ ਮੁੰਡਾ ਦੇਖ ਕੇ ਮੈਨੂੰ ਲੱਗਿਆ। ਲੈ ਮੁੰਡਾ ਤਾਂ ਇਹ ਬਾਹਲਾ ਸੋਹਣਾ ਪੁੱਤ, ਕੌਣ ਆ ਇਹ? ਇਹ ਮੰਮੀ ਮੇਰੇ ਦੋਸਤ ਵਿੱਕੀ ਨੂੰ ਤੂੰ ਜਾਣਦੀ ਆ? ਹਾਂ ਹਾਂ। ਉਹਦੀ ਮੰਮੀ ਦਾ ਸਖਾ ਭਤੀਜਾ ਇਹ। ਅੱਛਾ। ਆਂਟੀ ਨੇ ਆਪ ਕਹਿ ਕੇ ਰਿਸ਼ਤਾ ਮੰਗਿਆ ਅਮਨ ਦਾ, 15 ਕਿੱਲੇ ਮੁੰਡੇ ਨੂੰ ਜ਼ਮੀਨ ਆਉਂਦੀ ਆ, ਨਾਲੇ ਸਰਕਾਰੀ ਨੌਕਰੀ ਪੰਜਾਬ ਪੁਲਿਸ 'ਚ ਭਰਤੀ ਆ, ਮਾਪਿਆਂ ਦਾ ਇਕੱਲਾ ਇਕੱਲਾ ਪੁੱਤ ਆ। ਅੱਛਾ ਪੁੱਤ, ਇਹ ਤਾਂ ਪੁੱਤ ਬਾਹਲੀ ਵਧੀਆ ਗੱਲ ਹੋ ਜਾਵੇ, ਫਿਰ ਤਾਂ ਮੇਰੀ ਧੀ ਐਸ਼ ਕਰੂਗੀ। ਤੂੰ ਐਂ ਕਰ, ਅੱਗੇ ਚਲਾ ਲੈ ਪੁੱਤ ਗੱਲ। ਮੰਮੀ ਉਹ ਤਾਂ ਠੀਕ ਆ, ਤੂੰ ਪਹਿਲਾਂ ਅਮਨ ਨਾਲ ਤਾਂ ਗੱਲ ਕਰ ਲਾ, ਆਪਾਂ ਨੂੰ ਖੁਸ਼ ਰਹਿਣੀ ਚਾਹੀਦੀ ਆ। ਹਾਂ ਹਾਂ ਪੁੱਤ, ਅਮਨ ਵੀ ਆ ਜਾਂਦੀ ਆ, ਅੱਜ ਤਾਂ ਅਮਨ ਦਾ ਆਖਰੀ ਪੇਪਰ ਹੈ, ਸੁੱਖਣ ਨਾਲ ਉਹਦੀ ਪੜ੍ਹਾਈ ਵੀ ਪੂਰੀ ਹੋ ਗਈ ਸਾਰੀ। ਅਮਨ ਆ ਜਾਵੇ, ਮੈਂ ਕਰਦੀ ਉਹਦੇ ਨਾਲ ਗੱਲ, ਤੂੰ ਨਾ ਗੱਲ ਕਰੀ, ਮੈਂ ਕਰਦੀ ਆ ਪੁੱਤ ਆਪੇ ਉਹਦੇ ਨਾਲ। ਹਾਂ ਮੰਮੀ, ਬਸ ਨਾ ਮੇਰੀ ਭੈਣ ਖੁਸ਼ ਹੀ ਰਹੇ, ਮੈਨੂੰ ਹੋਰ ਕੁਝ ਨਹੀਂ ਚਾਹੀਦਾ, ਬਾਕੀ ਮੇਰਾ ਤਾਂ ਦੇਖੀ ਜਾਊ ਕੀ ਬਣੂਗਾ। ਲੈ ਤੇਰਾ ਕਿਉਂ ਦੇਖੀ ਜਾਊਗੀ ਪੁੱਤ, ਸੁੱਖ ਨਾਲ ਗੱਜ ਵੱਜ ਕੇ ਵਿਆਹ ਕਰਾਂਗੇ, ਸੋਹਣੀ ਜੀ ਨੂੰ ਲਿਆਵਾਂਗੇ। ਐ ਕਰ, ਤੂੰ ਹੁਣ ਆਪਣੀ ਚਾਹ ਪੀ ਲੈ ਪੁੱਤ। ਅੱਛਾ, ਮੈਂ ਵੀ ਕੰਮ ਧੰਦੇ ਨਿਬੇੜਨਾ। ਉਹ ਯਾਰ ਕੀ ਹੋ ਗਿਆ ਅਮਨ, ਬੜੀ ਉਦਾਸ ਜੀ ਲੱਗਦੀ ਆ, ਪੇਪਰ ਨਹੀਂ ਵਧੀਆ ਹੋਇਆ? ਪੇਪਰ ਤਾਂ ਵਧੀਆ ਹੋਇਆ ਦੀਪੇ, ਪਰ ਇੱਕ ਗੱਲ ਦੀ ਟੈਨਸ਼ਨ ਆ। ਯਾਰ ਮੇਰੇ ਹੁੰਦੇ ਕਾਹਦੀ ਟੈਨਸ਼ਨ ਪੈ ਗਈ, ਦੱਸ ਤਾਂ ਸਹੀ। ਦੀਪੇ ਹੁਣ ਤਾਂ ਪੇਪਰ ਵੀ ਮੁੱਕ ਗਏ,
ਹੁਣ ਆਪਾਂ ਕਿੱਦਾਂ ਮਿਲਿਆ ਕਰਾਂਗੇ? ਬਸ ਐਡੀ ਕੁ ਗੱਲ ਹੈ? ਉਹ ਯਾਰ ਤੂੰ ਭੁੱਲ ਗਈ ਪੇਪਰਾਂ ਤੋਂ ਬਾਅਦ ਤਾਂ ਘਰੇ ਗੱਲ ਕਰਨੀ ਤੀ, ਤੂੰ ਘਰੇ ਗੱਲ ਕਰ ਆਪਣੇ ਰਿਸ਼ਤੇ ਬਾਰੇ, ਮੈਂ ਤੈਨੂੰ ਵਿਆਹ ਕੇ ਲੈ ਜੂੰ। ਦੀਪੇ ਗੱਲ ਕਰਨੀ ਐਡੀ ਵੀ ਆਸਾਨ ਨਹੀਂ ਹੈ, ਤੈਨੂੰ ਪਤਾ ਮੈਨੂੰ ਮੰਮੀ ਤੇ ਵੀਰੇ ਤੋਂ ਕਿੰਨਾ ਡਰ ਲੱਗਦਾ। ਉਹ ਯਾਰ ਪਿਆਰ ਕਰਨ ਵਾਲੇ ਡਰਦੇ ਥੋੜ੍ਹੀ ਹੁੰਦੇ ਨੇ, ਤੈਨੂੰ ਮੂੰਹ ਥੋੜ੍ਹੀ ਪਾ ਜਾਣਗੇ। ਤੂੰ ਇੱਦਾਂ ਕਰ, ਤੂੰ ਤੇਰੀ ਮੰਮੀ ਨਾਲ ਗੱਲ ਕਰ, ਮੈਂ ਤੇਰੇ ਭਰਾ ਨਾਲ ਆਪੇ ਗੱਲ ਕਰ ਲੂੰ। ਚੱਲ ਦੇਖਦੀ ਹਾਂ, ਥੋੜ੍ਹੇ ਦਿਨ ਤੱਕ ਗੱਲ ਕਰਦੀ ਮੈਂ। ਉਹ ਥੋੜ੍ਹੇ ਥੋੜ੍ਹੇ ਦਿਨਾਂ ਤੱਕ ਨਹੀਂ, ਤੂੰ ਅੱਜ ਰਾਤ ਨੂੰ ਇਹ ਗੱਲ ਕਰ, ਮੈਨੂੰ ਅੱਜ ਰਾਤ ਨੂੰ ਜਵਾਬ ਚਾਹੀਦਾ ਵੀ ਕੀ ਕਿਹਾ, ਨਾਲੇ ਵਾਅਦਾ ਯਾਦ ਆ ਨਾ। ਸਾਹ ਲੈਣੇ ਭੁੱਲ ਸਕਦੀ ਪਰ ਤੇਰੇ ਨਾਲ ਕਿਤੇ ਵਾਅਦੇ ਥੋੜ੍ਹੀ ਭੁੱਲ ਸਕਦੀ। ਅੱਛਾ ਚੱਲ ਮੈਂ ਚੱਲਦੀ ਹਾਂ, ਕਾਫੀ ਲੇਟ ਹੋ ਰਿਹਾ, ਕੱਲ੍ਹ ਮਿਲਦੇ ਹਾਂ। ਹਾਂ ਉਹ ਯਾਰ ਅਮਨ, ਫਿਰ ਪਤਾ ਨਹੀਂ ਯਾਰ ਕਦੋਂ ਮਿਲਾਂਗੇ, ਇੱਕ ਵਾਰੀ ਗੱਲ ਲੱਗ ਕੇ ਤਾਂ ਮਿਲਣਾ। ਓਹੋ ਸਾਰੇ ਕਾਲਜ ਸਟੂਡੈਂਟ ਵੇਖ ਰਹੇ ਆ, ਕੱਲ੍ਹ ਮਿਲਣਾ ਤਾਂ ਹੈ, ਕੱਲ੍ਹ ਮਿਲਦੇ ਠੀਕ ਹੈ, ਬਾਏ। ਚੱਲ ਕੱਲ੍ਹ ਆ ਜਾਈਂ ਟਾਈਮ ਨਾਲ। ਆਹ ਗੱਲਾਂ ਨਾ ਆਪਣੇ ਘਰ 'ਚ ਨਹੀਂ ਚੱਲਣੀਆਂ ਹੈਗੀਆਂ, ਅੱਜ ਤਾਂ ਮੈਂ ਤੈਨੂੰ ਪੁੱਤ ਪਿਆਰ ਨਾਲ ਸਮਝਾ ਰਹੀ ਹਾਂ, ਅਸੀਂ ਕਿਸੇ ਹੋਰ ਮੁੰਡੇ ਨੂੰ ਜਵਾਨ ਦੇਈ ਬੈਠੇ ਹਾਂ, ਤੂੰ ਆਪਣੇ ਭਾਈ ਬਾਰੇ ਤਾਂ ਸੋਚ, ਉਹਦੀ ਥੂ ਥੂ ਹੋ ਜੂਗੀ ਸਾਰੇ ਪਿੰਡ 'ਚ, ਕਿਵੇਂ ਚੱਲੂਗਾ ਉਹ ਵਿਚਾਰਾ। ਮੰਮਾ ਤੁਸੀਂ ਵੀਰੇ ਨੂੰ ਤਾਂ ਸਮਝਾ ਸਕਦੇ ਹੋ ਨਾ, ਮੈਂ ਤਾਂ ਦੀਪੇ ਨੂੰ ਜਵਾਨ ਦੇ ਕੇ ਆਈ ਵੀ ਮੈਂ ਉਹਦੇ ਨਾਲ ਹੀ ਵਿਆਹ ਕਰਾਊਂਗੀ, ਨਾਲੇ ਉਹ ਤਾਂ ਆਪਣੇ ਪਿਓ ਨਾਲ ਵੀ ਗੱਲ ਕਰੀ ਬੈਠਾ, ਪਲੀਜ਼ ਮੰਮੀ ਇੱਦਾਂ ਨਾ ਕਰੋ। ਅੱਛਾ ਤੂੰ ਇੰਨੀ ਸਿਆਣੀ ਹੋ ਗਈ, ਲੋਕਾਂ ਨੂੰ ਜਵਾਨ ਦੇਣ ਲੱਗ ਗਈ, ਨਾ ਜਵਾਨ ਦੇਣ ਵੇਲੇ ਸਾਨੂੰ ਪੁੱਛਿਆ ਸੀ? ਚੱਲ ਜਾ ਕੇ ਟਾਈਮ ਨਾਲ ਸੌਂ ਜਾ, ਕੱਲ੍ਹ ਨੂੰ ਤੈਨੂੰ ਦੇਖਣ ਵਾਲਿਆਂ ਨੇ ਆਉਣਾ। ਆਹ ਨਾਲੇ ਫੋਨ ਜਾ ਫੜਾ ਮੈਨੂੰ ਇੱਧਰ, ਜੇ ਤੇਰੇ ਭਾਈ ਨੂੰ ਪਤਾ ਲੱਗ ਗਿਆ ਨਾ ਤੈਨੂੰ ਮਾਰ ਦੂ, ਜਾ ਕੇ ਟਾਈਮ ਨਾਲ ਸੌਂ ਜਾ। ਨਹੀਂ ਮੰਮੀ ਫੋਨ ਦੇ ਦਿਓ ਮੰਮਾ ਪਲੀਜ਼। ਮੰਮਾ ਕੰਨ ਖੋਲ੍ਹ ਕੇ ਨਾ ਗੱਲ ਸੁਣ ਲੈ ਮੇਰੀ, ਮੈਂ ਤਾਂ ਤੈਨੂੰ ਪਿਆਰ ਨਾਲ ਸਮਝਾ ਰਹੀ ਹਾਂ, ਜੇ ਤੇਰੇ ਭਾਈ ਨੂੰ ਪਤਾ ਲੱਗ ਗਿਆ ਨਾ ਉਹਨੇ ਤੈਨੂੰ ਮਾਰ ਦੇਣਾ, ਜਾ ਕੇ ਸੌਂ ਜਾ ਆਰਾਮ ਨਾਲ। ਮੰਮਾ ਮੰਮਾ ਪਲੀਜ਼ ਫੋਨ ਦੇ ਦਿਓ, ਮੰਮਾ ਪਲੀਜ਼ ਫੋਨ ਤਾਂ ਦੇ ਜਾ, ਮੇਰੀ ਗੱਲ ਤਾਂ ਸੁਣ ਲੈ ਇੱਕ ਵਾਰੀ, ਮੇਰੀ ਗੱਲ ਕਿਉਂ ਨਹੀਂ ਸੁਣਦੇ? ਪੁੱਤ ਮਨੀ ਤੂੰ ਬਾਹਰ ਕਾਹਤੋਂ ਖੜ ਗਿਆ, ਅੰਦਰ ਆ ਜਾ, ਜਾ ਕੇ ਐਂ ਦੇਖ ਕਿਤੇ ਕੋਈ ਚੀਜ਼ ਤਾਂ ਨਹੀਂ ਰਹਿ ਗਈ ਲਿਆਉਣ ਵਾਲੀ, ਮੁੰਡੇ ਵਾਲੇ ਤਾਂ ਆਉਣ ਵਾਲੇ ਵੀ ਹੋ ਗਏ। ਉਹ ਮੰਮੀ ਸਮਾਨ ਤਾਂ ਸਾਰਾ ਆ ਗਿਆ, ਮੈਂ ਤਾਂ ਇਹ ਦੇਖਦਾ ਸੀ ਅਮਨ ਦੇ ਵਿਆਹ ਤੋਂ ਬਾਅਦ ਇਹ ਬੇੜਾ ਕਿੰਨਾ ਸੁੰਨਾ ਹੋ ਜੂਗਾ, ਅਸੀਂ ਬਚਪਨ ਬੀਤਿਆ ਸਾਡਾ, ਅਸੀਂ ਇਕੱਠੇ ਪੜ੍ਹੇ ਇਕੱਠੇ ਖੇਡੇ, ਪਰ ਉਹ ਅੱਜ ਤੋਂ ਹੀ ਪਰਾਈ ਹੋਣ ਲੱਗੀ ਆ। ਲੈ ਪੁੱਤ ਹੈ ਤੂੰ ਐਂ ਕਾਹਤੋਂ ਮਨ ਭਰਨਾ, ਅੱਜ ਤਾਂ ਹਜੇ ਉਹਨੂੰ ਦੇਖਣ ਵਾਲਿਆਂ ਨੇ ਆਉਣਾ, ਅੱਜੇ ਕਿਹੜਾ ਉਹਦੀ ਡੋਲੀ ਚੱਲਦੀ ਹੈ। ਉਹ ਮੰਮੀ ਬਸ ਐਵੇਂ ਮਨ ਭਰਿਆ ਆ, ਅਤੇ ਨਾਲੇ ਉਹਨੂੰ ਦੇਖਾਂ ਅਮਨ ਨੂੰ ਤਿਆਰ ਹੋਈ ਆ ਕਿ ਨਾ, ਨਾਲੇ ਮੈਂ ਵੀ ਤਿਆਰ ਹੁੰਦਾ। ਹਾਂ ਪੁੱਤ ਮੈਂ ਦੇਖਦੀ ਹਾਂ ਅਮਨ ਨੂੰ। ਇਹਦੇ ਨਾਂ ਤਾਂ ਚੰਗਾ ਸੀ ਤੇਰੇ ਬਾਪ ਦੇ ਨਾਂ ਦੀ, ਤੂੰ ਮਰ ਜਾਂਦੀ ਕਿਸੇ ਟਰੱਕ ਥੱਲੇ ਆ ਕੇ। ਮੰਮੀ ਤੂੰ ਚੁੱਪ ਕਰ, ਅਮਨ ਤੂੰ ਦੱਸ ਕੀ ਗੱਲ ਹੋਈ ਆ? ਗੱਲ ਕੀ ਸਵਾਹ ਹੋਣੀ ਹੈ, ਕਿਸੇ ਮੁੰਡੇ ਨੂੰ ਪਸੰਦ ਕਰੀ ਫਿਰਦੀ ਹੈ, ਕਹਿੰਦੀ ਮੈਂ ਤਾਂ ਉਹਦੇ ਨਾਲ ਵਿਆਹ ਕਰਾਉਣਾ, ਨਹੀਂ ਮਰ ਜੂਗੀ ਉਹਦੇ ਬਿਨਾਂ। ਮੰਮੀ ਤੈਂ ਚੁੱਪ ਕਰਨਾ ਕਿ ਨਾ, ਮੈਨੂੰ ਗੱਲ ਕਰ ਲੈਣ ਦੇ, ਜਾਂ ਤੂੰ ਕਰ ਲਾ। ਨਾਲੇ ਜੇ ਤੈਨੂੰ ਇਹ ਗੱਲ ਪਤਾ ਤੀ ਫਿਰ ਮੈਨੂੰ ਕਿਉਂ ਨਹੀਂ ਦੱਸਿਆ? ਗਲਤੀ ਤਾਂ ਤੇਰੀ ਵੀ ਆ ਜਿਹੜੀ ਮੇਰੇ ਤੋਂ ਗੱਲ ਨੂੰ ਲੁਕੋਈ ਆ। ਹਾਂ ਵੀਰੇ ਮੰਮੀ ਠੀਕ ਕਹਿੰਦੀ ਹੈ, ਮੈਂ ਕਿਸੇ ਮੁੰਡੇ ਨੂੰ ਪਸੰਦ ਕਰਦੀ ਹਾਂ ਅਤੇ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦੀ ਹਾਂ। ਮੁੰਡਾ ਕੌਣ ਆ, ਉਹ ਕੀ ਕਰਦਾ?
ਫਿਰ ਉਹਨੇ ਮੇਰੇ ਨਾਲ ਪੇਪਰ ਦਿੱਤੇ ਕਾਲਜ ਦੇ ਵਿੱਚ। ਹਜੇ ਤਾਂ ਉਹ ਵਿਹਲਾ, ਪਰ ਛੇਤੀ ਕੋਈ ਨਾ ਕੋਈ ਕੰਮ ਲੱਭ ਲੂ। ਚੱਲ ਠੀਕ ਆ, ਪਰ ਮੈਨੂੰ ਉਹ ਮੁੰਡੇ ਬਾਰੇ ਪਤਾ ਕਰ ਲੈਣ ਦੇ ਕਿਵੇਂ ਦਾ ਹੈ ਕਿਵੇਂ ਦਾ ਨਹੀਂ। ਪਰ ਹੁਣ ਤੈਨੂੰ ਸਾਡੀ ਇੱਜ਼ਤ ਰੱਖਣ ਵਾਸਤੇ ਥੱਲੇ ਆਉਣਾ ਪੈਣਾ ਉਹ ਮੁੰਡੇ ਵਾਲਿਆਂ ਦੇ ਸਾਹਮਣੇ। ਫਿਰ ਬਾਅਦ ਵਿੱਚ ਅਸੀਂ ਉਹਨਾਂ ਨੂੰ ਬਹਾਨਾ ਲਾ ਕੇ ਆਪੇ ਜਵਾਬ ਦੇ ਦਾਂਗੇ। ਪਰ ਹੁਣ ਮੇਰੀ ਭੈਣ ਬਣ ਕੇ ਇੰਨੀ ਕੁ ਇੱਜ਼ਤ ਰੱਖ ਲਾ ਸਾਡੀ। ਠੀਕ ਆ ਵੀਰੇ, ਤੁਸੀਂ ਜਿੱਦਾਂ ਕਹੋਗੇ ਮੈਂ ਉੱਦਾਂ ਹੀ ਕਰੂੰਗੀ, ਪਰ ਤੁਸੀਂ ਪਹਿਲਾਂ ਮੈਨੂੰ ਭਰੋਸਾ ਦਵਾਓ ਕਿ ਤੁਸੀਂ ਮੁੱਕਰੋਗੇ ਨਹੀਂ। ਮੈਂ ਵਾਅਦਾ ਕਰਦਾ ਮੈਂ ਨਹੀਂ ਮੁੱਕਰਦਾ। ਲੈ ਪੁੱਤ, ਤੂੰ ਵੀ ਇਹਦੇ ਨਾਲੇ ਰਲ ਗਿਆ। ਉਹ ਮੰਮੀ ਤੂੰ ਚੁੱਪ ਕਰ, ਮੈਨੂੰ ਸਾਰਾ ਪਤਾ ਕੀ ਠੀਕ ਆ ਕੀ ਗਲਤ ਆ। ਹੁਣ ਇਹਦੀ ਖੁਸ਼ੀ ਵੀ ਦੇਖਣੀ ਆਪਾਂ ਨੇ। ਚੰਗਾ, ਕਰ ਲਓ ਆਪਣੀਆਂ ਮਰਜ਼ੀਆਂ। ਮੰਮੀ ਨੂੰ ਮੈਂ ਆਪੇ ਸਮਝਾ ਦੂੰਗਾ, ਹੁਣ ਤੂੰ ਮੇਰੀ ਭੈਣ ਬਣ ਕੇ ਤਿਆਰ ਹੋ ਕੇ ਥੱਲੇ ਆ ਜਾ। ਠੀਕ ਆ ਵੀਰੇ। The subscriber is currently switched off. Please try after some time. ਕੀ ਗੱਲ ਆ ਯਾਰ, ਅਮਨ ਦਾ ਤਾਂ ਫੋਨ ਹੀ ਨਹੀਂ ਲੱਗਦਾ। ਐਵੇਂ ਤਾਂ ਉਹ ਕਰਦੀ ਨਹੀਂ ਹੈਗੀ, ਉਹਦੇ ਪਿੰਡ ਜਾਣਾ ਨਹਾਉਂਦੀ ਜਾਂਦੀ ਦਿਖਦੀ ਆ। ਕਿਤੇ ਯਾਰ ਉਹਦੇ ਨਾਲ ਕੁਛ ਗਲਤ ਤਾਂ ਨਹੀਂ ਹੋ ਗਿਆ? ਕਿਤੇ ਵਿਆਹ ਤਾਂ ਨਹੀਂ ਕਰਾ ਲਿਆ ਉਹਨੇ ਹੋਰ ਕਿਤੇ? ਉਹ ਨਹੀਂ ਨਹੀਂ, ਐਵੇਂ ਨਹੀਂ ਕਰ ਸਕਦੀ ਉਹ। ਕੀ ਸੋਚੀ ਜਾਂਦਾ, ਉਹ ਤਾਂ ਕਿਸੇ ਵੱਲ ਦੇਖਦੀ ਤੱਕ ਨਹੀਂ, ਕਿਸੇ ਦੀ ਹੋਜੂ ਕਿਵੇਂ? ਐਂ ਕਰਦਾ, ਦੋ ਕੁ ਦਿਨਾਂ ਤੱਕ ਨਾ ਉਹਦੀ ਸਹੇਲੀ ਨਾਲ ਗੱਲ ਕਰਦਾ। ਹਾਂ ਚੱਲ ਯਾਰ, ਇਹਨੇ ਕੱਖੇ ਵੱਡਾ। ਪੁੱਤ ਮਨੀ, ਸੁੱਖ ਨਾਲ ਹੁਣ ਤੱਕ ਵਧੀਆ ਨਿਬੜ ਗਿਆ, ਕੁੜੀ ਵੀ ਉਹਨਾਂ ਨੂੰ ਪਸੰਦ ਆ ਗਈ। ਪੁੱਤ ਹੁਣ ਅੱਗੇ ਕੀ ਸੋਚਿਆ? ਉਹ ਮੰਮੀ ਮੈਨੂੰ ਪਤਾ ਤੂੰ ਕੀ ਕਹਿਣਾ ਚਾਹੁੰਦੀ ਆ। ਵਿਆਹ ਤਾਂ ਅਮਨ ਦਾ ਇਸੇ ਮੁੰਡੇ ਨਾਲ ਹੋਣਾ ਜਿਹਦੇ ਨਾਲ ਰੋਕਾ ਹੋਇਆ, ਤੂੰ ਟੈਨਸ਼ਨ ਨਾ ਲੈ। ਪਰ ਪੁੱਤ ਜੇ ਅਮਨ ਨਾ ਮੰਨੀ ਪਹਿਲਾਂ ਵਾਂਗੋ? ਉਹ ਮੰਮੀ ਆਪੇ ਮੰਨ ਜੂ, ਬਸ ਤੂੰ ਇੱਕ ਗੱਲ ਦਾ ਧਿਆਨ ਰੱਖੀ, ਉਹਦੇ ਵਿਆਹ ਤੱਕ ਨਾ ਤਾਂ ਉਹ ਬਾਹਰ ਜਾਵੇ ਨਾ ਕਿਸੇ ਆਪਣੀ ਸਹੇਲੀ ਨਾਲ ਮਿਲੇ। ਇਹ ਤਾਂ ਖਿਆਲ ਪੁੱਤ ਮੈਂ ਉਹਦਾ ਰੱਖ ਲੂੰਗੀ ਬਥੇਰਾ। ਵਾਹ ਵੀਰੇ ਵਾਹ, ਤੈਨੂੰ ਮੈਂ ਕੀ ਸਮਝਿਆ ਸੀ, ਤੂੰ ਕੀ ਨਿਕਲਿਆ, ਤੂੰ ਇੰਨਾ ਬੇਈਮਾਨ ਨਿਕਲਿਆ। ਭੈਣੇ ਮੈਂ ਤੇਰਾ ਭਲਾ ਹੀ ਸੋਚਦਾ। ਭਲਾ ਕੀ ਭਲਾ ਸੀ ਮੇਰਾ ਇਹਦੇ ਵਿੱਚ? ਤੂੰ ਚੰਗਾ ਹੁੰਦਾ ਮੈਂ ਉਸੇ ਦਿਨ ਮਰ ਜਾਂਦੀ। ਤੇ ਤਾਂ ਚੰਗਾ ਤਾਂ ਮੇਰਾ ਬਾਪੂ ਸੀ ਜਿੰਨੇ ਅੱਜ ਤੱਕ ਇੱਕ ਮੇਰਾ ਬੋਲ ਨਹੀਂ ਪੁੰਜੇ ਡਿੱਗਣ ਦਿੱਤਾ, ਤੇ ਤੂੰ ਤੂੰ ਤਾਂ ਵੀਰ ਕੌਣ ਦੇ ਵੀ ਲਾਇਕ ਨਹੀਂ ਹੈਗਾ। ਨਹੀਂ ਕਮਲੀ ਧੀਏ, ਤੈਨੂੰ ਸ਼ਰਮ ਨਹੀਂ ਆਉਂਦੀ? ਕੀ ਬਕਵਾਸ ਕਰ ਰਹੀ ਹੈ? ਉਸ ਬਗਾਨੇ ਪੁੱਤ ਦੇ ਮਗਰ ਲੱਗ ਕੇ ਤੂੰ ਆਪਣੇ ਨਾਲ ਦੇ ਜੰਮੇ ਭਾਈ ਨੂੰ ਐਂ ਬੋਲ ਰਹੀ ਹੈ? ਨਾ ਉਹੀ ਸਭ ਕੁਛ ਹੋ ਗਿਆ, ਉਸੇ ਦਾ ਪਿਆਰ ਸੱਚਾ, ਅਸੀਂ ਤਾਂ ਝੂਠੇ ਹਾਂ। ਨਾ ਮਾਂ, ਇਹਨੂੰ ਰੋਕ ਨਾ, ਇਹਨੂੰ ਜੋ ਕਰਨਾ ਕਰ ਲੈਣ ਦੇ। ਭੈਣੇ ਤੂੰ ਠੀਕ ਕਿਹਾ, ਜੇ ਬਾਪੂ ਮੇਰੇ ਨਾਲੋਂ ਵੱਧ ਕਰਦਾ ਸੀ ਨਾ ਤੇਰਾ, ਤਾਂ ਇਹ ਗੱਲ 'ਚ ਮੈਂ ਹਾਮੀ ਭਰਦਾ। ਤੂੰ ਜਾ ਉਹ ਮੁੰਡੇ ਨਾਲ ਖੁਸ਼ ਰਹਿ। ਬੇ ਪੁੱਤ, ਤੂੰ ਇਹ ਕੀ ਬੋਲੀ ਜਾ ਰਿਹਾ ਹੈ? ਮੈਨੂੰ ਤਾਂ ਲੱਗਦਾ ਤੇਰੀ ਵੀ ਮੱਤ ਮਾਰੀ ਗਈ, ਤੂੰ ਆਪਣੀ ਬਦਨਾਮੀ ਆਪੇ ਕਰਾਉਂਦਾ ਫਿਰਦਾ। ਉਹ ਮੰਮੀ ਇਹ ਤਾਂ ਖੁਸ਼ ਰਹੂਗੀ ਉਹ ਮੁੰਡੇ ਨਾਲ ਵਿਆਹ ਕਰਾ ਕੇ, ਫਿਰ ਕੀ ਹੋਜੂ? ਵੱਧ ਤੋਂ ਵੱਧ ਮੈਂ ਗਲ ਫਰਾਹਾ ਲੈ ਲੈਣਾ, ਤੂੰ ਲੋਕਾਂ ਦੇ ਭਾਂਡੇ ਮਾਰਦੀ, ਲੋਕਾਂ ਦੇ ਮਿਹਣੇ ਸੁਣਦੀ ਮਰ ਜਾਏਗੀ, ਫਿਰ ਕੀ ਹੋਜੂ? ਇਹਨੂੰ ਇਹਦੇ ਸਹੁਰੇ ਪਰਿਵਾਰ ਨੇ ਮਿਹਣੇ ਮਾਰ ਕੇ ਮਾਰ ਦੇਣਾ ਕਿ ਪਿੱਛੋਂ ਆਉਣਾ ਟੱਬਰ ਮਾਰਿਆ ਜੀ। ਜਾ ਭੈਣੇ ਜਾ, ਤੂੰ ਸਾਡੀ ਇੱਜ਼ਤ ਦੀ ਪਰਵਾਹ ਨਾ ਕਰੀ, ਇੱਜ਼ਤ ਤਾਂ ਰਹੂ ਜੇ ਪਿੱਛੋਂ ਟੱਬਰ ਰਹੂਗਾ। ਨਾਲੇ ਆਪਣੇ ਜਵਾਕਾਂ ਨੂੰ ਮਾਮੇ ਅਤੇ ਨਾਨੀ ਬਾਰੇ ਨਾ ਦੱਸਦੀ, ਕੀ ਪਤਾ ਉਹ ਤੇਰੇ ਤੋਂ ਨਫ਼ਰਤ ਕਰਨ ਲੱਗ ਜਾਣ। ਨਹੀਂ ਧੀਏ, ਤੈਨੂੰ ਆਪਣੇ ਭਾਈ 'ਤੇ ਜਮ੍ਹਾਂ ਤਰਸ ਨਹੀਂ ਆਉਂਦਾ ਹੈਗਾ? ਤੂੰ ਹੁਣ ਵੀ ਸਮਝ ਜਾ, ਹੁਣ ਵੀ ਟਾਈਮ ਹੈ, ਜੇ ਕੋਈ ਬਗਾਨੀ ਵੀ ਹੁੰਦੀ ਨਾ ਇੰਨਾ ਸਮਝਾਏ ਤਾਂ ਉਹ ਵੀ ਮੰਨ ਜਾਂਦੀ, ਪਰ ਤੂੰ ਤੂੰ ਤਾਂ ਸਾਡੀ ਆਪਣੀ ਹੈ,
ਸਾਡੇ ਹੀ ਆਪਣਾ ਖੂਨ ਹੈ, ਪਰ ਤੂੰ ਤਾਂ ਕੁਛ ਸੁਣਨ ਤਿਆਰ ਨਹੀਂ। ਧੀਏ ਸਾਰੇ ਰਿਸ਼ਤੇ ਮਿਲ ਜਾਂਦੇ ਨੇ, ਕਿਤੇ ਨਾਲ ਦੇ ਜੰਮੇ ਵੇ ਭੈਣ ਭਾਈ ਨਹੀਂ ਮਿਲਦੇ, ਨਾ ਮਾਂ ਬਾਪ ਮਿਲਣ, ਸਾਰੇ ਰਿਸ਼ਤੇ ਮਿਲ ਜਾਣਗੇ। ਤੂੰ ਸਮਝ ਜਾ ਧੀਏ, ਸਮਝ ਜਾ, ਹਜੇ ਵੀ ਟਾਈਮ ਹੈ। ਜੇ ਕਹੇ ਮੈਂ ਤੇਰੇ ਪੈਰਾਂ 'ਤੇ ਚੁੰਨੀ ਰੱਖ ਦਿੰਦੀ ਹਾਂ। ਨਹੀਂ ਨਹੀਂ ਮਾਂ, ਇੱਦਾਂ ਨਾ ਕਰੋ, ਇੱਥੋਂ ਬਹੁਤ ਵੱਡੀ ਗਲਤੀ ਹੋ ਗਈ, ਬਹੁਤ ਜ਼ਿਆਦਾ ਭਟਕ ਗਈ ਸੀ। ਤੁਹਾਡੇ ਸਾਰਿਆਂ ਦੀ ਇੱਜ਼ਤ ਰੋਲ ਕੇ ਮੈਂ ਕਿਤੇ ਨਹੀਂ ਜਾਣਾ ਚਾਹੁੰਦੀ, ਮੈਨੂੰ ਮਾਫ਼ ਕਰ ਦਿਓ ਵੀਰੇ। ਤੁਸੀਂ ਜਿੱਦਾਂ ਕਹੋਗੇ ਮੈਂ ਉੱਦਾਂ ਹੀ ਕਰੂੰਗੀ। ਅਮਨ ਯਾਰ, ਹੋ ਸਕਿਆ ਮੈਨੂੰ ਮਾਫ਼ ਕਰ ਦੀ, ਮੈਂ ਪੂਰੀ ਗੱਲ ਜਾਣੇ ਬਿਨਾਂ ਨਾ ਪਤਾ ਨਹੀਂ ਤੇਰੇ ਬਾਰੇ ਕੀ ਸੋਚਦਾ ਰਿਹਾ। ਯਾਰ ਮੈਂ ਵੀ ਇੱਕ ਇੱਜ਼ਤਦਾਰ ਘਰ ਦਾ ਮੁੰਡਾ ਹਾਂ, ਮੈਂ ਤੇਰੀ ਮਾਂ ਅਤੇ ਤੇਰੇ ਭਰਾ ਦੇ ਫਿਕਰ ਨੂੰ ਚੰਗੀ ਤਰ੍ਹਾਂ ਸਮਝਦਾ। ਦੀਪੇ, ਮੈਂ ਤਾਂ ਤੈਨੂੰ ਇਹੀ ਕਹਾਂਗੀ ਕਿ ਹੁਣ ਤੂੰ ਵੀ ਇੱਕ ਵਧੀਆ ਜਿਹੀ ਕੁੜੀ ਵੇਖ ਕੇ ਨਾ ਵਿਆਹ ਕਰਾ ਲਾ ਅਤੇ ਆਪਣੀ ਲਾਈਫ 'ਚ ਸੈਟਲ ਹੋ। ਯਾਰ ਸੱਚੀ ਮੈਂ ਬਹੁਤ ਕਰਮ ਵਾਲਾ ਹਾਂ, ਮੈਨੂੰ ਨਾ ਤੇਰੇ ਫੈਸਲੇ 'ਤੇ ਕੋਈ ਇਤਰਾਜ਼ ਨਹੀਂ, ਸਗੋਂ ਖੁਸ਼ੀ ਆ। ਮੈਂ ਚਾਹੁੰਦਾ ਮੇਰੇ ਵਿਆਹ ਤੋਂ ਬਾਅਦ ਨਾ ਮੇਰੇ ਕੁੜੀ ਹੋਵੇ, ਉਹ ਵੀ ਤੇਰੇ 'ਤੇ ਜਾਵੇ। ਅੱਜ ਮੈਨੂੰ ਅਹਿਸਾਸ ਹੋਇਆ ਮੇਰੀ ਮੁਹੱਬਤ ਅਧੂਰੀ ਨਹੀਂ ਸਗੋਂ ਪੂਰੀ ਹੋਈ ਆ। ਹਾਂਜੀ, ਦੇਖ ਲਈ ਅਧੂਰੀ ਲਵ ਸਟੋਰੀ, ਕੁੜੀ ਆਪਣੇ ਪੱਖ ਤੋਂ ਸਹੀ ਤੀ, ਕਿਉਂਕਿ ਮਾਂ ਬਾਪ ਤੋਂ ਉੱਪਰ ਦੀ ਕੁਛ ਨਹੀਂ ਹੁੰਦਾ। ਉਮੀਦ ਆ ਸਾਡੀ ਇਹ ਵੀਡੀਓ ਵਧੀਆ ਲੱਗੀ ਹੋਊ, ਜੇ ਵਧੀਆ ਲੱਗੀ ਇਹਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਕਮੈਂਟਸ 'ਚ ਦੱਸਿਓ। ਭੂਆ ਜੀ, ਤੁਹਾਨੂੰ ਕਿਵੇਂ ਲੱਗੀ ਵੀਡੀਓ? ਬਹੁਤ ਸੋਹਣੀ ਵੀਡੀਓ ਬਣੀ ਹੈ, ਸਾਰਿਆਂ ਨੇ ਜ਼ਰੂਰ ਪਸੰਦ ਕਰਨੀ ਹੈ ਔਰ ਸ਼ੇਅਰ ਕਰਨੀ ਹੈ। ਬਹੁਤ ਅੱਛਾ ਕੰਮ ਕਰ ਰਿਹਾ ਦੀਪੇ ਦਾ ਚੈਨਲ ਵੀ, ਸਾਰੇ ਜ਼ਰੂਰ ਦੇਖਿਆ ਕਰੋ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਜਸਮੀਨ ਜੀ, ਤੁਸੀਂ ਦੱਸੋ। ਬਈ, ਸਾਨੂੰ ਤਾਂ ਬਹੁਤ ਵਧੀਆ ਲੱਗਿਆ ਕੰਮ ਕਰਕੇ, ਕਿਉਂਕਿ ਇਮੋਸ਼ਨਸ ਹੈਗੇ, ਇਮੋਸ਼ਨਲ ਸਟੋਰੀ ਹੈਗੀ ਆ। ਸੋ ਉਮੀਦ ਕਰਦੇ ਹਾਂ ਦਰਸ਼ਕਾਂ ਤੱਕ ਵੀ ਇਹ ਇਮੋਸ਼ਨ ਜ਼ਰੂਰ ਪਹੁੰਚੇ ਹੋਣਗੇ। ਬਾਕੀ ਤੁਹਾਨੂੰ ਕਿਵੇਂ ਲੱਗਾ? ਅਤੇ ਸਾਡੇ ਆ ਭਰਾ ਨੂੰ ਤੁਸੀਂ ਅਕਸਰ ਸਾਡੀਆਂ ਹਰ ਇੱਕ ਵੀਡੀਓ 'ਚ ਦੇਖਦੇ ਹੋ, ਉਮੀਦ ਕਰਦੇ ਹਾਂ ਇਹਨੂੰ ਇਸ 'ਚ ਵੀ ਪਸੰਦ ਕਰਿਆ ਤੁਹਾਨੂੰ। ਹਾਂ ਬਾਈ, ਤੂੰ ਕੀ ਕਹਿਣਾ ਚਾਹੁੰਦਾ? ਮੈਂ ਤਾਂ ਬਾਈ ਇਹੀ ਕਹਿਣਾ ਚਾਹੁੰਦਾ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ, ਪਰ ਉਹ ਲੋਕ ਕਰ ਨਹੀਂ ਰਹੇ। ਚੈਨਲ ਕਿਹੜਾ ਬਾਈ ਆਪਣਾ? ਪਟਿਆਲਾ ਪਿਕਚਰ। ਹਾਂਜੀ, ਪਟਿਆਲਾ ਪਿਕਚਰ ਨੂੰ ਕਰੋ ਸਬਸਕ੍ਰਾਈਬ। ਮਿਲਦੇ ਹਾਂ ਅਗਲੇ ਐਤਵਾਰ ਇੱਕ ਹੋਰ ਵਧੀਆ ਵੀਡੀਓ ਦੇ ਨਾਲ। ਉਦੋਂ ਤੱਕ ਲਈ ਰੱਬ ਰਾਖਾ।